ਹਾਂਜੀ ਸ਼ਤਸਰੀ ਕਾਲ ਮੈਂ ਕੇਵਲ ਹਰੀਗੜ ਬਾਈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਮੱਝਾਂ ਰੱਖਣ ਤੇ ਫਾਇਦਾ ਜਾਂ ਨੁਕਸਾਨ ਪੂਰੀ ਵੀਡੀਓ ਦੇਖ ਕੇ ਤੁਹਾਨੂੰ ਕੱਲੀ ਕੱਲੀ ਚੀਜ਼ ਦੀ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਆਪਾਂ ਤੂੜੀ ਦੀ ਗੱਲ ਕਰਦੇ ਹਾਂ ਸਭ ਨੂੰ ਪਤਾ ਵੀਰੋ 400 ਤੋਂ ਲੈ ਕੇ 1200 ਤੱਕ ਤੂੜੀ ਵਿਕੀ ਜਾਂਦੀ ਆ ਆਪਾਂ ਤੂੜੀ ਦੀ ਗੱਲ ਕਰਦੇ ਹਾਂ ਇੱਕ ਮੱਝ ਦੀ ਗੱਲ ਕਰਦੇ ਹਾਂ ਇੱਕ ਮੱਝ ਇੱਕ ਦਿਨ ਵਿੱਚ ਦੀ 15 ਕਿਲੋ ਤੂੜੀ ਖਾ ਜਾਂਦੀ ਆ ਪੰਡ ਦਾ ਚੌਥਾ ਹਿੱਸਾ ਖਾ ਜਾਂਦੀ ਆ ਮੰਨ ਲਓ ਤੇ ਉਹ ਤੋਂ ਬਾਅਦ 6 ਰੁਪਏ ਕਿਲੋ ਆ ਤੂੜੀ 600 ਨੂੰ ਤੂੜੀ ਲਈ ਆ 15 ਗੁਣਾ 6 ਕਰਾਂਗੇ ਤਾਂ 90 ਰੁਪਏ ਦੀ ਤੂੜੀ ਇੱਕ ਦਿਨ ਚ ਖਾ ਜੂ ਮੱਝ 365 ਦਿਨਾਂ ਚ ਸਾਲ ਚ ਖਾਊ 32850 ਰੁਪਏ ਦੀ ਤੂੜੀ ਸਾਰੇ ਸਾਲ ਚ ਇੱਕ ਮੱਝ ਖਾਊਗੀ ਉਹ ਤੋਂ ਬਾਅਦ ਕਰਦੇ ਆਂ ਦਾਣੇ ਦੀ ਗੱਲ ਅੱਧਾ ਕਿਲੋ ਦਾਣਾ ਸਵੇਰੇ ਅੱਧਾ ਸ਼ਾਮ ਨੂੰ ਪਾਵਾਂਗੇ ਤਾਂ ਕਿਲੋ ਦਾਣਾ ਰੋਜ਼ ਦਾ ਹੋ ਗਿਆ ਤੇ 25 ਰੁਪਏ ਕਿਲੋ ਦਾਣਾ ਲਾਇਆ ਵਿੱਚੀ ਭਈ ਸਾਲ ਚ 365 ਦਿਨ ਹੁੰਦੇ ਨੇ 9125 ਰੁਪਏ ਦਾ ਦਾਣਾ ਖਾ ਜੂ ਮੱਝ ਤੇ ਉਹ ਤੋਂ ਬਾਅਦ ਖਲ ਦੀ ਗੱਲ ਆ ਜੇ ਦੇ ਵੀਰੋ ਖਾਲ ਵੀ ਵੀਰੋ 1300 ਦਾ ਲੈ ਕੇ 2000 ਤੱਕ ਬੋਰੀ ਪਈ ਆਪਾਂ 1300 ਦੀ 1400 ਦੀ ਬੋਰੀ ਲਾ ਲੈਨੇ ਆ 26 ਰੁਪਏ ਕਿਲੋ ਖਾਲ ਲਾ ਲੈਨੇ ਆ ਰੋਜ਼ ਦੀ ਖਾਲ ਖਾਂਦੀ ਇੱਕ ਦਿਨ ਤੇ 26 ਰੁਪਏ ਦੀ ਸਾਲ 'ਚ 365 ਦਿਨਾਂ ਦੇ ਅੰਦਰ 9490 ਦੀ ਖਾਲ ਖਾ ਜਾਂਦੀ ਮੱਝ ਇੱਕ ਤੋਂ ਬਾਅਦ ਵੀਰੋ ਲੇਟੀ ਦੀ ਗੱਲ ਕਰਦੇ ਆ ਲੇਟੀ ਆਪਾਂ 4 ਕਿ ਮਹੀਨੇ ਪਾ ਦੇਣਾ ਮੰਨ ਲਓ ਸੂਣ ਤੋਂ ਬਾਅਦ ਪਾਉਣੇ ਆ ਦੁੱਧ ਵਧਾਉਣ ਖਾਤਰ 25 ਰੁਪਏ ਕਿਲੋ ਲੇਟੀ ਲਾਤੀ 4 ਮਹੀਨੇ 'ਚ 120 ਦਿਨ ਹੁੰਦੇ ਨੇ ਜਦੋਂ 25 ਨੂੰ 120 ਨਾਲ ਗੁਣਾ ਕਰਾਂਗੇ 3000 ਦੀ ਲੇਟੀ ਖਾਜੂ ਮੱਝ ਸਾਰੇ ਸਾਲ 'ਚ ਹੀ ਮੰਨ ਲਓ ਉ ਆਪਾਂ ਸਾਈਕਲ ਤੇ ਮੋਟਰਸਾਈਕਲ ਨੂੰ ਸਾਈਕਲ ਤੇ ਅੱਜ ਕੋਈ ਜਾਂਦਾ ਨਹੀਂ ਆਪਾਂ ਮੋਟਰਸਾਈਕਲ ਤੇ ਟਰੈਕਟਰ ਤੇ ਜਾਣੇ ਕੱਖ ਲੈਣਾ 15 ਰੁਪਏ ਦਾ ਤੇਲ ਲਾਇਆ ਤੁਸੀਂ ਦੱਸਿਓ ਠੀਕ ਆ ਕਿ ਨਹੀਂ ਕਮੈਂਟ ਚ 15 ਰੁਪਏ ਦਾ ਇੱਕ ਦਿਨ ਚ ਤੇਲ ਖਾਊਗਾ ਸਾਲ ਚ 365 ਦਿਨ ਹੋਗੇ ਉਹ 5475 ਰੁਪਏ ਦਾ ਤੇਲ ਮੱਚ ਜਾਊਗਾ ਆਪਣਾ ਕੱਖ ਲਿਆਉਣ ਲਈ ਉਹ ਤੋਂ ਬਾਅਦ ਜ਼ਮੀਨ ਦੀ ਗੱਲ ਹੋ ਗਈ ਵੀਰੋ ਕੱਖ ਬੀਜੇ ਨੇ ਹੁੰਦ ਨੇ ਆਪਣਾ ਚਰੀ ਟਾਂਡਾ ਕਟੋ ਘਟ ਮੱਝ ਨੂੰ ਦੱਸ ਕੇ ਸਵੇਰੇ ਦਾ ਚਾਹੀਦੇ ਨੇ ਇੱਕ ਖਾਤਰ ਕੱਟਾ ਵੀ ਹੁੰਦਾ ਕਰੇ ਕੱਟੇ ਵੀ 10 ਵਿਸਵੇਂ ਹੁੰਦੇ ਨੇ ਜਿਹੜੇ 1.70 ਹਜ਼ਾਰ ਨੂੰ ਕਿੱਲਾ ਠੇਕੇ ਤੇ ਲੈਣਿਆ ਇੱਕ ਵਿਸਰ ਦਾ ਰੇਟ 729 ਰੁਪਏ ਹੋ ਗਿਆ ਜਦੋਂ 10 ਵਿਸਵੇਂ ਨਾਲ ਗੁਣਾ ਕਰਾਂਗੇ 7290 ਰੁਪਏ ਦਾ 7290 ਰੁਪਏ ਦਾ ਜ਼ਮੀਨ ਚਾਹੀਦੀ ਆ ਉਸ ਤੋਂ ਬਾਅਦ ਵੀਰੋ ਚਰੀ ਟਾਂਡਾ ਬਰਸੀਨ ਬੀਜ ਦੀ ਆਪਾਂ ਖੇਤ ਚ 2000 ਰੁਪਏ ਦਾ ਘੱਟੋ ਘੱਟ ਬੀਜ ਚਾਹੀਦਾ ਕਈ ਵਾਰੀ ਆਪਾਂ ਬੀਜ ਦੇਣਾ ਮੀਂਹ ਪੈ ਜਾਂਦਾ ਦੁਬਾਰੇ ਬੀਜਣਾ ਪਿਆ ਜਾਂਦਾ ਸਾਰੇ ਬੀਜ ਦਾ ਲਾਤਾ ਸਾਲ ਚ ਟਰੈਕਟਰ ਦੀ ਭਾਈ ਜਦੋਂ ਆਪਾਂ ਬੀਜਣ ਖਾਤਰ ਟਰੈਕਟਰ ਲੈ ਜਾਂਦੇ ਆ ਖੇਤ ਹੁਣ ਕਈ ਵਾਰੀ ਦੁਬਾਰੇ ਮੀਂਹ ਪੈ ਜਾਂਦਾ ਭਜਾਨੇ ਹਜ਼ਾਰ ਰੁਪ ਜੋ ਕਿ 1 ਲੀਟਰ 2 ਲੀਟਰ ਤਾਂ ਆਉਣ ਜਾਣ ਚ ਖਾਈ ਜਾਂਦਾ ਉਹ ਤੋਂ ਬਾਅਦ ਮੱਜੇ ਨੂੰ ਆਪਾਂ ਨਹਾਉਣੇ ਆ ਪੱਖੇ ਵਗੈਰਾ ਲਾਉਣੇ ਆ ਇਹ ਸਭ ਤੋਂ ਵੱਡੀ ਗੱਲ ਆ ਜਦੋਂ ਮੱਜਾਂ ਨੂੰ ਅੱਜ ਕੱਲ੍ਹ ਟ੍ਰੈਂਡ ਚੱਲ ਪਿਆ ਲੋਕ ਖੜੀ ਮੋਟਰ ਚਲਾ ਦਿੰਦੇ ਨੇ ਗੋਹਾ ਆਈਂ ਨਾਲੀ ਚ ਰੋੜ ਦਿੰਦੇ ਨੇ ਪਿੱਛੋਂ ਲੜਾਈ ਪੈ ਜਾਂਦੀ ਆ ਇਹ ਵੈਸੇ ਬਹੁਤ ਮਾੜੀ ਗੱਲ ਆ ਤੇ ਉਹ ਉਹਦੇ ਹਿਸਾਬ ਨਾਲ ਇੱਕ ਜੁੰਟ ਲਾਤੀ ਦਿਨ ਦੀ ਇੱਕ ਜੁੰਟ ਦਾ ਰੇਟ ਵੈਸੇ ਮੈਨੂੰ ਪਤਾ ਨਹੀਂ 4 ਰੁਪਏ ਕਿੰਨੇ ਰੁਪਏ ਇੱਕ ਦਿਨ ਚ 5 ਰੁਪਏ ਦੀ ਲਾਇਟ ਖਾਂਦੀ ਆ ਇੱਕ ਮੱਜ 1825 ਰੁਪਏ ਦੀ ਲਾਇਟ ਹੋ ਗਈ ਮੱਜ ਤੇ ਤੇ ਉਹ ਤੋਂ ਬਾਅਦ ਢੱਲਾ ਮੱਠ ਸੰਗਲ ਦੁੱਧ 3000 ਰੁਪਏ ਲਾਤਾ ਵੀਰੋ ਇਹਦਾ ੱੱਲ ਮੱਠ ਵੀ ਹੋ ਜਾਂਦਾ ਮੱਝਾਂ ਨੂੰ ਦੁੱਧ ਵੀ ਰਲਦਿਆ ਦੁਬਾਰੇ ਵੀ ਫਿਰ ਜੰਦੇ ਆ ਚੈੱਕ ਵੀ ਕਰਾਉਣੇ ਆ 3000 ਰੁਪਏ ਲਾਇਆ ਦਵਾਈ ਦੁਬੀ ਦਵਾਈ ਦਵਾਉਣੇ ਆ ਉਤ ਤੋਂ ਬਾਅਦ ਸਾਮ ਸੰਭਾਈ ਹੋ ਗਈ ਦੇਖੋ ਵੀਰੋ ਇਹ ਬਹੁਤ ਸੋਚ ਸਮਝ ਕੇ ਲਾਇਆ 50 ਰੁਪਏ ਦਿਨ ਦੇ ਸਵੇਰ ਤੋਂ ਕੱਖ ਬਟਣੇ ਗੋਹਾ ਸਿੱਟਣਾ ਧਾਰਾਂ ਚੋ ਕੇ ਡੈਰੀ ਚ ਪਾ ਕੇ ਆਉਣਾ ਦੁਪਹਿਰੇ ਦੁਬਾਰ ਚ ਕੱਖ ਲੈ ਕੇ ਉਹਨਾਂ ਨੂੰ ਟੋਕਾ ਕਰਨਾ ਦੁਬਾਰੇ ਧਾਰਾਂ ਚ ਉਣੀਆਂ ਫੇਰ ਡੈਰੀ ਚ ਪਣਾ ਅੰਦਰ ਬਾਹਰ ਕੱਢਣੇ ਪਸ਼ੂ 50 ਰੁਪਏ ਦਿਨ ਦੇ ਲਾਏ ਨੇ ਕਿਉਂਕਿ ਵੀਰੋ 50 ਰੁਪਏ ਬਹੁਤ ਘੱਟ ਨੇ ਦਿਹਾ ਸਾਲ ਚ 365 ਦਿਨ 18000 250 ਰੁਪਏ ਦਾ ਆਪਾਂ ਮੰਨ ਲਓ ਖਰਚਾ ਹੋ ਗਿਆ ਦੀ ਸਾਂਸਭਾਈ ਤੇ ਜੋ ਕੋਈ ਬੰਦਾ ਸਾਂਭੂ 93305 ਰੁਪਏ ਖਰਚੇ ਆ ਗਏ ਇਹ ਇਹ ਤੁਹਾਨੂੰ ਮੈਂ ਇਹ ਵੀ ਦੱਸਦਾ ਇੱਕ ਵੱਤਕ ਦੀ ਮੱਝ ਦਾ ਲਾਇਆ ਹੈ ਆਪਾਂ ਹਸਾਬ ਕੋਈ ਆਏ ਨਹੀਂ 20 ਲੀਟਰ ਵਾਲੀ ਮੱਝ ਨਹੀਂ ਲਾਇਆ ਕਿਉਂਕਿ 20 ਲੀਟਰ ਵਾਲੀ ਮੱਝ ਫਿਰ ਕਿਲੋ ਖਾਣਾਂ 20 ਲੀਟਰ ਨਹੀਂ ਦਿੰਦੀ ਉਹਦੇ ਤਾਕੜੀ ਸੇਵਾ ਫੀਡ ਫੂਡ ਚਾਹੀਦੀ ਆ ਉਹ ਤੋਂ ਬਾਅਦ ਮੱਝ ਦਾ ਕੀ ਫਾਇਦਾ ਹੁੰਦਾ ਆਪਾਂ ਨੂੰ ਰੇਹ ਲਾ ਲੋ ਵੀਰੋ ਦੋ ਕ ਟਰਾਲੀਆਂ ਰੇਹ ਦੀਆਂ ਹੁੰਦੀਆਂ ਨੇ 1000 ਰੁਪਏ ਟਰਾਲੀ ਲਈਏ 2000 ਦਾ ਰੇਹ ਹੋ ਗਿਆ ਉਹ ਤੋਂ ਬਾਅਦ ਦੁੱ ਮਨ ਲਓ ਮੈਂ ਪੁੱਛਿਆ ਕੋਈ ਕਹਿੰਦਾ ਵੀ ਛੱਡ ਮੀ 9 2 ਮਹੀਨੇ ਮੱਝ ਦਿੰਦੀ ਐ ਦੁੱਧ ਦਿੰਦੀ ਐ ਕੋਈ ਕਹਿੰਦਾ ਵੀ ਇਹ ਤਾਂ ਪੰਜ ਹੀ ਦਿੰਦੀ ਐ ਆਪਾਂ ਵਿਚਾਰ ਲਾ ਜੇ ਇਹ ਸਲਾ ਤਾਂ 7 ਮਹੀਨੇ ਦੁੱਧ ਦੇ ਦੂ ਮੱਝ ਮੰਨ ਲਓ 1 ਮਹੀਨੇ ਚ ਪਹਿਲੇ ਮਹੀਨੇ ਉਹ ਪੂਰਾ ਮਹੀਨਾ ਦੁੱਧ ਲੂਹਾ ਹੁੰਦਾ ਮਿਲਦੀ ਆ ਮੌਕੇ ਤੇ ਮਿਲਦੀ ਨਹੀਂ ਤਾਂ 5 ਕਿਲੋ ਦੁੱਧ ਲਾਤਾ ਰੋਜ ਦਾ 60 ਰੁਪਏ ਰੇਟ ਲਾਤਾ 60 ਵੈਸੇ ਹੁੰਦਾ ਨਹੀਂ ਵੈਸੇ ਪੌਣੇ ਆਪਾਂ ਨੂੰ ਮੰਨ ਲਾ 55 ਵੀ ਪੈ ਜਾਂਦਾ ਕਈ ਵਾਰੀ ਵਧੇ ਦੁੱਧ ਦਾ 60 ਵੀ ਹੋ ਜਾਂਦਾ ਤਾਂ 300 ਦਾ ਰੋਜ ਦੁੱਧ ਹੋ ਗਿਆ ਪਹਿਲਾ 1 ਮਹੀਨਾ 300 ਚ ਮਹੀਨੇ ਚ ਹੁੰਦੇ ਨੇ 30 ਦਿਨ 9000 ਦਾ ਦੁੱਧ ਆਪਾਂ ਪਹਿਲੇ ਮਹੀਨੇ ਪਾ ਦਿੰਨੇ ਆ ਜਾਂ ਰੱਖ ਲੈਨੇ ਕੁਝ ਵੀ ਕਰਦੇ ਆਪਾਂ ਤੇ ਉਸ ਤੋਂ ਬਾਅਦ 6 ਮਹੀਨੇ ਫੇਰ ਦੁੱਧ ਦਿੰਦੇ ਆ ਮੱਝ ਤੇ ਉਦੋਂ ਦਿੰਦੀ ਆ ਉਹ ਮੰਨ ਲਓ 7 ਲੀਟਰ ਵਿਚਾਰ ਲੈ ਜੇ ਰੇਟ ਲੈ ਜਿਹੜਾ ਆਪਾਂ ਖਾਣੇ ਪੀਣ ਦੇ हिसाब ਨਾਲ ਮੱਝ ਦੇ ਰੱਖੇ ਨੇ ਤਾਂ ਉਹਦੋਂ ਮੰਨ ਲਓ 70 ਰੁਪਏ ਦੁੱਧ ਪੈਂਦਾ ਡੇਰੀ ਚ ਪਹਿਲਾਂ 60 ਪੈਂਦਾ ਸੀ ਫਿਰ 65 ਵੱਧ ਗਈ 70 ਪੈਂਦਾ 80 ਵੀ ਪੈ ਜਾਂਦਾ 72 ਵੀ ਪੈ ਜਾਂਦਾ 490 ਰੁਪਏ ਦਾ ਰੋਜ਼ ਦਾ ਦੁੱਧ ਹੋ ਗਿਆ ਮੱਝ ਦਾ 490 ਨੂੰ 180 ਦਿਨਾਂ ਨਾਲ ਗੁਣਾ ਕਰਾਂਗੇ 6 ਮਹੀਨੇ ਹੁੰਦੇ ਨੇ 180 ਦਿਨਾਂ ਚ ਤੇ 88200 ਦਾ ਦੁੱਧ ਪਾਤਾ ਫਿਰ ਆਪਣੇ ਫਿਰ ਵੀਰੋ ਮੱਝ ਦਾ ਕੋਈ ਕਟਾ ਕੱਟੀ ਹੁੰਦਾ ਪਾ ਉਹ ਵੀ ਵੇਚਦੇ ਆ ਮੰਨ ਲਓ 12000 ਆ 10000 ਦਾ 15000 ਦਾ ਜਿਵੇਂ ਵੀ ਵੇਚਦੇ ਆ ਉਹ 10000 ਦਾ ਲਾਤਾ ਤਾਂ ਇਹ ਕੁੱਲ ਬਣ ਗਿਆ 109200 ਰੁਪਇਆ ਇੰਨਾ ਆਪ ਨੂੰ ਫਾਇਦਾ ਹੁੰਦਾ ਮੱਝਾਂ ਤੋਂ ਤੇ ਇਹ ਖਰਚੇ ਸੀ 93305 ਤੇ ਮੰਨ ਲਓ ਆ 15000 16000 ਰੁਪਇਆ ਆਪ ਨੂੰ ਬਚਦਾ ਮੱਝ ਰੱਖਣ ਚ ਪਰ ਵੀਰੋ ਇਹ ਤਾਂ ਹੁਣ ਤੁਹਾਨੂੰ ਮੈਂ ਇੱਥੇ ਕੱਢ ਕੇ ਦਿਖਾ ਤੀ ਬਚਤ ਮੱਝ ਤੋਂ ਬਚਤ ਪਰ ਅੱਜ ਦਾ ਜਮਾਨਾ ਹੈ ਜਿਹੜੇ ਮਰਜ਼ੀ ਬੰਦੇ ਨੂੰ ਪਸ ਲੋ ਵੀ ਮੱਝਾ ਰੱਖਣ ਚ ਫਾਇਦਾ ਉਹ ਕਹੂ ਫਾਇਦਾ ਨਹੀਂ ਯਾਰ ਨੁਕਸਾਨ ਆ ਪਖੋਰ ਬੜਾਈ ਜਾਂਦੇ ਕਿਉਂ ਕਹਿੰਦਾ ਉਹ ਸੋਨੂੰ ਮੈਂ ਦੱਸਦਾ ਮੈਨੂੰ ਫੋਨ ਵੀ ਕਰਦਨੇ ਵੀਰ ਅਵੀ ਭਾਈ ਨਹੀਂ ਫਾਇਦਾ ਨਹੀਂ ਆਇਆ ਨਹੀਂ ਹੋਇਆ ਤੂੰ ਤਾਂ ਕਿਉਂ ਨਹੀਂ ਫਾਇਦਾ ਸੋਨੂੰ ਮੈਂ ਦੱਸਦਾ ਜਿਹੜੀ ਆ ਤੂੜੀ ਆ ਆਪਣੇ ਲੈਤੀ ਸੀ ਇੱਥੇ 600 ਰੁਪਏ ਨੂੰ ਸੀ ਪਰ ਵਿੱਚ ਬੰਦੇ ਉਦੋਂ ਲੈਂਦੇ ਨੇ ਜਦੋਂ 1100 ਨੂੰ ਹੋ ਜਾਂਦੀ ਹੈ ਧਿਆਨ ਨਹੀਂ ਕਰਦੇ ਆਪਾਂ ਕੋਈ ਪਾਲੀ ਰੱਖ ਲੈ ਮੱਝ ਕਿ ਨਹੀਂ ਧਿਆਨ ਨਹੀਂ ਮੌਕੇ ਤੇ ਦਵਾਈ ਨਹੀਂ ਦਿਵਾਉਣੀ ਤੇ ਨਾਲ ਦੀ ਨਾਲ ਮਦੋਂ ਕੱਖ ਲਿਆਉਂਦਾ ਬੰਦੇ ਇੱਥੇ ਮੈਂ 15 ਰੁਪਏ ਦਿੰਦੇ ਲਾਏ ਨੇ ਉਦੋਂ ਬੰਦੇ ਨੇ ਚਾਹੇ ਥੋੜੀ ਭਰੀ ਲਿਆਉਣੀ ਆ ਇੱਕ ਮੱਝ ਦਾ ਚਾਹੇ ਕੱਲੇ ਕੱਟਣ ਨੂੰ ਕੱਖ ਲਾਉਂਦਾ ਅਗਲਾ ਟਰੈਕਟਰ ਲਾ ਜਾਂਦਾ ਘਟੋ ਘਟ ਦੋ ਤਿੰਨ ਲੀਟਰ ਤੇਲ ਖਾ ਜਾਂਦਾ ਉੱਥੇ ਵੀ ਇਹਦੇ 15 ਲਾਇਆ ਇੱਥੇ 200 ਰੁਪਏ ਖਰਚ ਆ ਗਏ ਸਿੱਧਾ ਮਿੱਧਾ ਇਹੀ ਚੀਜ਼ਾਂ ਨੇ ਜਾਂ ਮੌਕੇ ਤੇ ਸਭ ਤੋਂ ਵੱਡੀ ਘੋਲ ਕਰਦੇ ਨੇ ਕੀ ਮੱਝ ਜਦੋਂ ਬਿੱਗਸਰ ਹੋਣਾ ਹੁੰਦਾ ਦੁੱਧ ਦੁੱਧ ਵਾਲਾ ਨਾ ਹੁੰਦਾ ਉਹ ਬੋਲਦੀਏ ਕੁਝ ਵੀ ਆਪਾਂ ਘੋਲ ਕਰ ਦਿੰਦੇ ਆ ਵੀ ਯਾਰ ਮਾ ਦਾ ਰਿਸ਼ਤੇਦਾਰ ਚ ਵਿਆਹ ਜਾ ਕੇ ਹੋਣਾ ਯਾਰ ਕੱਲ ਨੂੰ ਦੇਖ ਲਾਂਗੇ ਚੱਲ ਅੱਜ ਤਾਂ ਯਾਰ ਉਧਰ ਸਾਗਣ ਤੇ ਜਾਣਾ ਅੱਜ ਤਾਂ ਉਹਨਾਂ ਦੇ ਭੂਗ ਤੇ ਜਾ ਕੇ ਹੋਣਾ ਅ ਉਹ ਫਿਰ ਮੱਜਾ ਤੇ ਕਿਉਂਕਿ ਕੁਦਰਤ ਦਾ ਰੂਲ ਹੈ ਹਰੇਕ ਚੀਜ਼ ਦਾ ਟਾਈਮ ਹੁੰਦਾ ਇਹ ਜਿਹੜੀ ਘੌਲ ਆ ਇਹ ਘੌਲ ਆਪ ਨੂੰ ਸਾਲ ਪਿੱਛੇ ਪਾ ਦਿੰਦੀ ਆ ਐਨ ਪਤਾ ਸਾਲ ਲੰਘ ਜਾਏ ਕੰਮਾਂ ਚ ਫਿਰ ਦੁਬਾਰੇ ਸੇਵਾ ਕਰਨੀ ਪੈਂਦੀ ਪੈ ਗਿਆ ਸਦਾ ਲੱਖ ਦਾ ਘਾਟਾ ਇੱਥੋਂ ਹੀ ਨਹੀਂ ਮੱਜਾ ਰੱਖਣ ਚ ਫਾਇਦਾ ਇਹ ਚੀਜ਼ ਹੀ ਬੰਦੇ ਨੂੰ ਉਹ ਕਰ ਜਾਂਦੀ ਆ ਪਰ ਮੱਜਾ ਰੱਖਣ ਚ ਫਾਇਦਾ ਜ਼ਰੂਰ ਆ ਜੇ ਤੁਸੀਂ ਇਹ ਗੱਲਾਂ ਦੀ ਗੌਰ ਕਰੋਗੇ ਧਿਆਨ ਨਾਲ ਦੇਖੋਗੇ ਤੂੜੀ ਵੀ ਟਾਈਮ ਸਿਰ ਲਾਉਂਗੇ ਫੀਡ ਵਗੈਰਾ ਸਾਰਾ ਕੁਝ ਆਪਦਾ ਟਾਈਮ ਨਾਲ ਕੱਲੀ-ਕੱਲੀ ਚੀਜ਼ ਦਾ ਹਿਸਾਬ ਲਾਓਗੇ ਬੇਫਾਲਤੂ ਘਰੇ ਦੁੱਧ ਨਹੀਂ ਰੱਖੋਗੇ ਤੇ ਸਭ ਤੋਂ ਵਧੀਆ ਫਾਇਦਾ ਇਹ ਵੀ ਹੈ ਤੁਹਾਨੂੰ ਵਧੀਆ ਦੁੱਧ ਪੀਣ ਨੂੰ ਮਿਲਦਾ ਘਰ ਖਾਤਰ 1 ਲੀਟਰ 2 ਲੀਟਰ ਜੋ ਵੀ ਦੁੱਧ ਹੁੰਦਾ ਉਹ ਪੀਣ ਨੂੰ ਮਿਲਦਾ ਤੇ ਜੇ ਤੁਹਾਨੂੰ ਕੋਈ ਹੋਰ ਵੀਡੀਓ ਚ ਲੱਗਾ ਡਿਫਾਲਟ ਤਾਂ ਜਰੂਰ ਮੈਸੇਜ ਕਰਕੇ ਦੱਸਣਾ ਧੰਨਵਾਦ ਜੀ ਵੀਡੀਓ ਸ਼ੇਅਰ ਜਰੂਰ ਕਰ ਦਿਓ